ਉਹ ਮੈਂ ਕਿਹਾ ਕੋਈ ਪੀਰ ਫਕੀਰ ਨਾ ਹੋਵੇ ਜਿਸ ਦਾ ਕੋਈ ਮੁਰਸ਼ਿਦ ਨਹੀਂ ਉਸ ਦਾ ਕਮਲੀ ਵਾਲਾ ਮੁਰਸ਼ਿਦ ਹੈ। ਸ਼ੇਖ ਅਬਦੁਲ ਹਕ ਮੁਅੱਤਸ ਦਹਿਲਵੀ ਔਰ ਹਜ਼ਰਤ ਮੁਜੱਦਦ ਅਲ-ਫਿਸਾਨੀ ਰਹਿਮਤੁਲਲਾਹ ਅਲੈਹ ਫਰਮਾਇਆ ਕਿ ਜਿਸ ਸ਼ਖਸ ਨੇ ਕਿਸੀ ਪੀਰ ਕੇ ਹਾਥ ਪਰ ਬੈਤ ਨਹੀਂ ਕਹੀ ਔਰ ਕਿਸੀ ਕਾ ਮੁਰੀਦ ਨਹੀਂ ਬਣਾ ਵੋ ਆਪਣੇ ਆਪ ਕੋ ਕਮਲੀ ਵਾਲੇ ਕਾ ਮੁਰੀਦ ਸਮਝੇ, ਹਿਦਾਇਤ ਪਾ ਜਾਏਗਾ।